ਕੁੜੀਆਂ ਨੂੰ ਆਪਣੇ ਡਿਸੀਜਨ ਆਪ ਲੈਣੇ ਚਾਹੀਦੇ ਆ ਆਪਣੇ ਫੈਸਲੇ ਆਪ ਕਰਨੇ ਚਾਹੀਦੇ ਇੱਕ ਕਰਤਾਰ ਸਿੰਘ ਸਰਾਭਾ ਤੇ ਗਦਰ ਮੂਵਮੈਂਟ ਦਾ ਮੈਂ ਬਹੁਤ ਦੇਰ ਤੋਂ ਮਾਰਕ ਲਗਾਉਿਆ ਹੋਇਆ ਗਿਆ ਕਹਾਣੀਆਂ ਸੁਣਨਾ ਆਇਆ ਸੀ ਮੈਂ ਮੈਂ ਵੀ ਛੋੜੀ ਜਿਹੀ ਉਮਰ ਤੇ ਅਮਰੀਕਾ ਗਿਆ ਸੀ ਉਹ ਅਮਰੀਕਾ ਜਾ ਰਹੇ ਸੀ ਰਾਹ ਵਿੱਚ ਉਹਨਾਂ ਨੇ ਲੈਕਚਰ ਸੁਣੇ ਇੱਕ ਗਦਰੀ ਬਾਬਿਆਂ ਬਾਰੇ ਸੁਣਿਆ ਉਹਨਾਂ ਦੀ ਉਹਨਾਂ ਵੀ ਇਨਸਪਾਇਰ ਹੋਏ ਫਿਰ ਉਹ ਵਾਪਸ ਜੁੜੇ ਹਾਂ ਮੇਰੇ ਮੇਰੇ ਆਲੇ ਦੁਆਲੇ ਸਾਰੇ ਬੰਦੇ ਬੰਦੇ ਸੀ ਇੱਕ ਮੇਕਅਪ ਵਾਲੀ ਸੀਗੀ ਸਰ ਫੀਮੇਲ ਹੇਅਰ ਡ್ರೆਸਰ ਹੋਈ ਸੀਗੀ ਜਿਹੜੀ ਪਰਸਨਲੀ ਮੇਰੀ ਬੈਂਚ ਚ ਹੁੰਦੇ ਸੀ ਆ ਜੋ ਸ਼ੂਟ ਕਰਨੇ ਤੇ ਬੰਦੇ 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 ਕੈਮਰੇ ਤੇ ਵੀ ਫਿਰ ਇਹ ਇਹ ਇੰਨਾ ਤਗੜਾ ਕਿਰਦਾਰ ਸੀ ਆਪਣੇ ਆਪ ਚ ਜਦੋਂ ਮੇਰੇ ਬਾਰੇ ਪੜਿਆ ਮੇਰੀ ਸੋਚ ਬੜੀ ਸਟਰੋਂਗ ਹੋਈ ਤਾਂ ਮੈਨੂੰ ਇੰਨਾ ਜ਼ਰੂਰ ਮੈਂ ਜਿਵੇਂ ਅੱਗੇ ਵੀ ਕਿਹਾ ਕਿ ਗੁਲਾਬਕੌਰ ਨੇ ਆਪਣਾ ਪਰਿਵਾਰ ਛੱਡਿਆ ਆਪਣਾ ਘਰ ਵਾਲਾ ਛੱਡਿਆ ਆਪਣੇ ਹਸਬੰਡ ਨੂੰ ਛੱਡ ਕੇ ਵਾਪਸ ਆ ਗਈ ਜਿਹੜੀਆਂ ਡਿਫਿਕਲਟੀ ਮੁਸ਼ਕਲਾਂ ਦੇ ਵਿੱਚ ਹੀ ਉਹ ਲੰਗੇ ਮੇਰੀਆਂ ਮੁਸ਼ਕਲਾਂ ਤੋਂ ਲੈ ਸਾਹਮਣੇ ਕੁਝ ਵੀ ਨਹੀਂ ਆਣੇ ਕਿ ਇਹ ਤਾਂ ਇੱਕ ਉਹ ਐਸਪਰੇਸ਼ਨ ਉਹਦੀਆਂ ਡਿਫਿਕਲਟੀਜ਼ ਉਹਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਇੱਕ ਐਸਪਰੇਸ਼ਨ ਮੰਨਦੀ ਮੇਰੇ ਵਰਗੇ ਵਾਸਤੇ ਕਰਤਾਰ ਸਿੰਘ ਸਾਹਿਬ ਦੀ ਦਾੜ੍ਹੀ ਦੇਖਨੇ ਕਮੈਂਟ ਕੀਤਾ ਹੜਦਾ ਨਹੀਂ ਸੀ ਮੁਰਮੁਰ ਕੇ ਕਮੈਂਟ ਕਰੀ ਹੁੰਦਾ ਸੀ ਫਿਰ ਮੈਨੂੰ ਕਿਹਾ ਮੈਂ ਮੈਂ ਵੀ ਲਿਖਿਆ ਮੈਨੂੰ ਬੜੀ ਬੜੀ ਯਾਦ ਨਹੀਂ ਮੈਂ ਸੋਸ਼ਲ ਮੀਡੀਆ ਆਪ ਨਹੀਂ ਮੈਨੇਜ ਕਰਦਾ ਮੇਰਾ ਮੁੰਡਾ ਕਰਦਾ ਬਲੈਕ ਪ੍ਰਿੰਸ ਬ੍ਰਾਊਂਟ ਤੋਂ ਬਾਅਦ ਆ ਕੋਈ ਇਸ ਮੈਂ ਇਦਾਂ ਬੈਠ ਕੇ ਸੀ ਡਿਸਕਸ ਨਹੀਂ ਕੀਤਾ ਸਤਾ ਆ ਫਿਲਮ ਕਰੀਏ ਜਾਏ ਕਰੀ ਉਹ ਆਪਣੇ ਰਸਤੇ ਥੋੜਾ ਚੱਲ ਰਹੇ ਨੇ ਅੱਜਕੱਲ੍ਹ ਜਿਸ ਨੇ ਫਿਲਮਾਂ ਬਣਾ ਰਹੇ ਨੇ ਉਹਦੀ ਹਿੱਟ ਫਿਲਮ ਹੋਈ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡੇ ਨਾਲ सोनू ਜਾਂਸਲਾ ਤੇ ਤੁਸੀਂ ਦੇਖ ਰਹੇ ਹੋ ਚੈਨਲ ਸਤਰੰਗ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬਾਲੀਵੁੱਡ ਦੀ ਗੱਲ ਕਰ ਲਈਏ ਜਾਂ ਪਾਲੀਵੁੱਡ ਇੰਡਸਟਰੀ ਦੀ ਗੱਲ ਕਰ ਲਈਏ ਤਾਂ ਹਫਤੇ ਦੇ ਵਿੱਚ ਕੋਈ ਨਾ ਕੋਈ ਫਿਲਮ ਰਿਲੀਜ਼ ਹੁੰਦੀ ਰਹਿੰਦੀ ਹੈ ਜੇ ਗੱਲ ਫਿਲਮਾਂ ਦੀ ਕਰੀਏ ਤਾਂ ਫਿਲਮਾਂ ਬਣਦੀਆਂ ਨੇ ਕੋਮੇਡੀ ਫਿਲਮਾਂ ਐਕਸ਼ਨ ਮੂਵੀ ਯਾ ਰੋਮਾਂਟਿਕ ਫਿਲਮਾਂ ਸੋ ਗੱਲ ਕਰਨ ਜਾ ਰਹੇ ਹਾਂ ਫਿਲਮ ਸਰਾਬਾ ਦੀ ਜੋ 3 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਜੀ ਹਾਂ ਮੈਂ ਗੱਲ ਕਰ ਰਿਹਾ ਹਾਂ ਮਸ਼ਹੂਰ ਕ੍ਰਾਂਤੀਕਾਰੀ ਕਰਤਾਰ ਸਿੰਘ ਸਰਾਬਾ ਦੀ ਉਹਨਾਂ ਦੀ ਜੀਵਨੀ ਤੇ ਫਿਲਮ ਹੈ ਔਰ ਮਸ਼ਹੂਰ ਡਾਇਰੈਕਟਰ ਓ ਮਸ਼ਹੂਰ ਰਾਈਟਰ ਅਤੇ ਐਕਟਰ ਕਵੀ ਰਾਜੀ ਸੋ ਉਹਨਾਂ ਦਾ ਸਵਾਗਤ ਕਰਦੇ ਆਂ ਔਰ ਸਾਡੇ ਨਾਲ ਮਸ਼ਹੂਰ ਐਕਟਰਸ ਜਸਪਿੰਦਰ ਚਿਮਾ ਜੀ ਨੇ ਉਹਨਾਂ ਦਾ ਸਵਾਗਤ ਕਰਦੇ ਆਂ ਇਸ ਫਿਲਮ ਨੂੰ ਲੈ ਕੇ ਤਮਾਮ ਗੱਲਬਾਤ ਕਰਾਂਗੇ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਵੀ ਸਵਾਗਤ ਹੈ ਜੀ ਚੈਨਲ ਸੱਤ ਰੰਗ ਦੇ ਵਿੱਚ ਸਰ ਬੜਾ ਅੱਛਾ ਲੱਗ ਰਿਹਾ ਕਿ ਤੁਹਾਡੇ ਨਾਲ ਗੱਲ ਕਰਕੇ ਅੱਜ ਤੁਹਾਨੂੰ ਦੇਖ ਕੇ ਕਿ ਅੱਜ ਤੁਸੀਂ ਸਾਡੇ ਚੈਨਲ ਦੇ ਵਿੱਚ ਆਇਓ ਸਾਨੂੰ ਮੌਕਾ ਦਿੱਤਾ ਗੱਲਬਾਤ ਕਰਨ ਦਾ ਨਹੀਂ ਇਹ ਤੁਹਾਡਾ ਤੁਹਾਨੂੰ ਆਇਆ ਕਿ ਮੈਨੂੰ ਮੌਕਾ ਦਿੱਤਾ ਕਿ ਕੁਝ ਫਿਲਮ ਦੇ ਬਾਰੇ ਕੁਝ ਆਪਣੇ ਬਾਰੇ ਚਰਨ ਵਿਚਾਰ ਸਾਂਝੇ ਕਰੀਏ ਬਹੁਤ ਅੱਛਾ ਲੱਗਦਾ ਹੈ ਕਿ ਜਿਆਦਾ ਪੰਜਾਬ ਦੇ ਵਿੱਚ ਇੱਕ ਜੰਪ ਪਾ ਬਾਹਰ ਦੇਸ਼ਾਂ ਦੇ ਵਿੱਚ ਜਾ ਕੇ ਵਸਦਾ ਤੇ ਪੰਜਾਬੀ ਨੂੰ ਕਾਇਮ ਕਰਦਾ ਤੇ ਉੱਥੇ ਜਾ ਕੇ ਕਹਿੰਦੇ ਨੇ ਕਿ ਪਾਲੀਵੁੱਡ ਤੋਂ ਬਾਅਦ ਹਾਲੀਵੁੱਡ ਤੱਕ ਪਹੁੰਚਦੇ ਨੇ ਪਰ ਤੁਸੀਂ ਹਾਲੀਵੁੱਡ ਤੋਂ ਕੰਮ ਸ਼ੁਰੂ ਕੀਤਾ ਬਾਅਦ ਦੇ ਵਿੱਚ ਪਾਲੀਵੁੱਡ ਦੇ ਵਿੱਚ ਆਏ ਇਹ ਕਿਦਾਂ ਸੋਚਿਆ ਮੈਂ ਇਹ ਨਹੀਂ ਕਹਾਂ ਕਿ ਸੋਚ ਗਿਆ ਹਮੇਦਰ ਨੂੰ ਕੁਝ ਚਾਂਸੇ ਇਸ ਤਰ੍ਹਾਂ ਦੇ ਹੋ ਗਏ ਕੋਈ ਮੌਕਾ ਇਸ ਤਰ੍ਹਾਂ ਦਾ ਮਿਲ ਗਿਆ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਬਣਾਉਣ ਨੂੰ ਬਲੈਕ ਪ੍ਰਿੰਸ ਬਣਾਈ ਜਿਹੜੀ ਕਿ ਬਣਾਈ ਐਜ਼ ਐਨ ਇੰਟਰਨੈਸ਼ਨਲ ਫਿਲਮ ਵਿਦ ది ਇੰਗਲਿਸ਼ ਵਰਜਨ ਵੀ ਆ ਪੰਜਾਬੀ ਵਰਜਨ ਵੀ ਤੇ ਹਿੰਦੀ ਵਰਜਨ ਵੀ ਤੇ ਉਸ ਵਿੱਚ ਨੂੰ ਜਿਹੜਾ ਪਿਆਰ ਤੋਂ ਪੰਜਾਬ ਤੋਂ ਮਿਲਿਆ ਪੰਜਾਬੀਆਂ ਤੋਂ ਮਿਲਿਆ ਉਹਦੇ ਨਾਲ ਥੋੜਾ ਜਿਹਾ ਇੱਕ ਹੋਰ ਹੌਸਲਾ ਹੋ ਗਿਆ ਕਿ ਹਾਂ ਇਹ ਇਸ ਇੰਡਸਟਰੀ ਵਾਸਤੇ ਮੈਂ ਕੁਝ ਕਰਾਂ ਕੋਈ ਫਿਲਮਾਂ ਬਣਾਮਾ ਇਹ ਨਹੀਂ ਕਿ ਮੈਂ ਕੋਈ ਪੰਜਾਬੀ ਇੰਡਸਟਰੀ ਕੁਝ ਦੇਣ ਆਇਆ ਜਾਂ ਮੈਂ ਤਾਂ ਕਹਿੰਦਾ ਮੈਂ ਕੁਝ ਸਿੱਖਣ ਵੀ ਆਇਆ ਸੇਮ ਟਾਈਮ ਤੇ ਤੇ ਕੁਝ ਹੁੰਦਾ ਹੈ ਕਿ ਜਿਸ ਤੋਂ ਤੁਸੀਂ ਆਏ ਆਂ ਜਿਹੜੀਆਂ ਤੁਹਾਡੀਆਂ ਰੂਟਸ ਨੇ ਉਹਦੇ ਬਾਰੇ ਵੀ ਕੁਝ ਕਰਨਾ ਚਾਹੀਦਾ ਇਸ ਕਰਕੇ ਲਗਾਉਂਗਾ ਇਧਰ ਵੀ ਪੰਜਾਬੀ ਫਿਲਮਾਂ ਵਰਗੀ ਪਰ ਜਿਹੜੇ ਪੰਜਾਬੀ ਹੁੰਦੇ ਨੇ ਕਹਿੰਦੇ ਨੇ ਕੁਝ ਬਾਣ ਦੇ ਲਈ ਉਹ ਬਾਹਰ ਨੂੰ ਤਰੱਕੀ ਕਹਿੰਦੇ ਨੇ ਕਿ ਸਾਡੀ ਤਰੱਕੀ ਹੋਵੇ ਪਰ ਤੁਸੀਂ ਮਿੱਟੀ ਨਾਲ ਜੁੜੇ ਹੋਇਆ ਪੰਜਾਬ ਦੀ ਯਾਨੀ ਫਿਰ ਮੁੜ ਪੰਜਾਬ ਦੀ ਮਿੱਟੀ ਦਾ ਇਤਿਹਾਸ ਉਹ ਸ਼ਹੀਦਾਂ ਨੂੰ ਆਪਣੀ ਕਲਮ ਦੇ ਨਾਲ ਪਰੋਇਆ ਉਸका ਬੜੇ ਕਿਸਮਤ ਵਾਲੇ ਨੇ ਇਹ ਜੋ ਜੋ ਲੋਕ ਇਹ ਫਿਲਮ ਦੇਖਣਗੇ ਕਿਉਂਕਿ ਆਪਣੇ ਬੱਚਿਆਂ ਨੂੰ ਕਹਿੰਦੇ ਨੇ ਇਸ ਤੇ ਬਾਰੇ ਕੁਝ ਨਹੀਂ ਪਤਾ ਕਿਉਂਕਿ ਅੱਜ ਕੱਲ ਜੋ ਸੋਸ਼ਲ ਮੀਡੀਆ ਦਾ ਜਮਾਨਾ ਹੈ ਕਿਉਂਕਿ ਕਿਸੇ ਕੋਲ ਸਮਾਂ ਨਹੀਂ ਹੈਗਾ ਜਿੱਦਾਂ ਮੈਂ ਐਮ ਨੇ ਪਹਿਲਾਂ ਗੱਲ ਕੀਤੀ ਸੀ ਕਿ ਫਿਲਮਾਂ ਨੂੰ ਦੇਖ ਕੇ ਦਿਮਾਗ ਦੇ ਵਿੱਚੋਂ ਛਵੀ ਬਣ ਜਾਂਦੀ ਹੈ ਬੜਾ ਅੱਛਾ ਲੱਗਦਾ ਹੈ ਕਿ ਤੁਸੀਂ ਆਪਣੀ ਕਲਮ ਦੇ ਨਾਲ ਉਹਨਾਂ ਸ਼ਹੀਦਾਂ ਨੂੰ ਦਿਖਾ ਰਹੇ ਹੋ ਸੋ ਕਿਦਾਂ ਸਵੱਬ ਬਣਿਆ ਕਿ ਤੁਸੀਂ ਯਾਨੀ ਇਦਾਂ ਦੀ ਫਿਲਮਾਂ ਲਿਖੋ ਕਿਉਂਕਿ ਬਹੁਤ ਇਦਾਂ ਦੀ ਫਿਲਮਾਂ ਆਉਂਦੀਆਂ ਤੁਸੀਂ ਹੋਰ ਵੀ ਬਣਾ ਸਕਦੇ ਹੋ ਇਹ ਇਦਾਂ ਦੀ ਫਿਲਮਾਂ ਹੀ ਕਿਉਂ ਮੈਨੂੰ ਹਿਸਟਰੀ 'ਚ ਬੜਾ ਇੰਟਰਸਟ ਆ ਉਹ ਵੀ ਕਿ ਆਪਣੀ ਪੰਜਾਬ ਦੀ ਹਿਸਟਰੀ ਜਿਹੜੀ ਕਿੰਨੀ ਇਨੀ ਰਿਚ ਆ ਇੱਕ ਬੜਾ ਬਹੁਤ ਬੜਾ ਭੰਡਾਰ ਆ ਅੱਖਾਂ ਜਾਨਾਂ ਆ ਯਾਨੀ ਕਿ ਇੰਨੇ ਬੁੱਧੀਆ ਬੋਦੇ ਸਾਡੇ ਹੀਰੋਸ ਹੋਏ ਨੇ ਸਾਡੀ ਹਿਸਟਰੀ ਦੇ ਵਿੱਚ ਉਹ ਮੇਰੇ ਹਰ ਕਾ ਰਾਈਟਰ ਤਾਂ ਲੱਭ ਰਿਹਾ ਰਹਿੰਦਾ ਕਿ ਮੈਨੂੰ ਇਸ ਤਰ੍ਹਾਂ ਦਾ ਕੋਈ ਫਿਗਰ ਮਿਲੇ ਜਿਹਦੇ ਬਾਰੇ ਮੈਂ ਲਿਖ ਸਕਾਂ ਪੜ ਸਕਾਂ ਤੇ ਫਿਲਮ ਬਣਾਵਾਂ ਉਹਦੇ ਬਾਰੇ ਤੇ ਇੱਕ ਕਰਤਾਰ ਸਿੰਘ ਸਰਾਭਾ ਤੇ ਗਦਰ ਮੂਵਮੈਂਟ ਦਾ ਮੈਂ ਬਹੁਤ ਦੇਰ ਤੋਂ ਮੇਰਾ ਇੱਕ ਲਗਾਓ ਜਾਂ ਹੋ ਗਿਆ ਜਨਾਲ ਕਹਾਣੀਆਂ ਸੁਣਨਾ ਆਇਆ ਸੀ ਮੈਂ ਮੈਂ ਵੀ ਛੋੜੀ ਜਿਹੀ ਉਮਰ ਤੇ ਅਮਰੀਕਾ ਗਿਆ ਸੀ ਤੇ ਕਹਾ ਪੜਦਾ ਵੀ ਰਿਹਾ ਤੇ ਬਾਰੇ ਕੁਸ਼ਮੇ ਦੇ ਬਾਰੇ ਲਿਖੇ ਵੀ ਆਰਟੀਕਲਸ ਵੀ ਲਿਖੇ ਨੇ ਮੈਂ ਅੱਗੇ ਜਿਸਣਾ ਮੌਕਾ ਮਿਲਿਆ ਮੈਂ ਇਸ ਇੰਡਸਟਰੀ ਜਾ ਐਜ਼ ਅ ਐਕਟਰ ਮੈਂ ਪਹਿਲਾਂ ਕੰਮ ਕੀਤਾ ਫਿਲਮਾਂ ਬਣਾਉਣ ਲੱਪਿਆ ਸੋਚਿਆ ਸੀ ਕਿ ਇੱਕ ਦਿਨ ਬਣਾਵਾਂਗਾ ਫਿਲਮ ਕਿਰਦਾਰ ਸਿੰਘ ਸਰਬਾਦੀ ਗਦਰ ਲਾਇਰ ਦੇ ਉੱਤੇ ਤੇ ਇਹ ਸਭ ਕੁਝ ਕਿ ਥੋੜਾ ਟਾਈਮ ਹੀ ਹੁੰਦਾ ਹੈ ਨਾ ਆਪਣੇ ਆਪ ਹੀ ਕੀ ਰਹੀ ਤੁਸੀਂ ਇਦਾਂ ਦੀ ਸੋਚ ਸੋਚ ਲੈਂਦੇ ਹੋ ਤੁਹਾਨੂੰ ਸੱਚ ਛੱਡਦੀ ਨਹੀਂ ਯਾਨੀ ਕਿ ਤੁਹਾਡੇ ਨਾਲ ਲੱਗੀ ਰਹਿੰਦੀ ਬਹੁਤ ਦੇਰ ਤੱਕ ਇਹ ਕਦੀ ਵੀ ਫਿਰ ਇਵੈਂਚੁਅਲੀ ਲਾਈਫ 'ਚ ਮੌਕਾ ਮਿਲ ਜਾਂਦਾ ਕਿ ਜੋ ਇੱਕ ਸੁਪਨਾ ਹੁੰਦਾ ਸੁਪਨਾ ਪੂਰਾ ਕਰਨ ਨੂੰ ਇਹ ਨਹੀਂ ਕਿ ਸੁਪਨਾ ਪੂਰਾ ਹੋ ਜਾਂਦਾ ਐਵੇਂ ਏਦਾਂ ਆਮ ਐਵੇਂ ਤਾਂ ਕੁਝ ਨਹੀਂ ਹੁੰਦਾ ਫਿਰ ਤੁਹਾਨੂੰ ਮੌਕਾ ਮਿਲ ਜਾਂਦਾ ਉਹ ਸੁਪਨ ਨੂੰ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਟੰਗਣਾ ਪੂਰਾ ਕਰ ਲੈ ਹੁਣ ਤੋ ਤੇ ਉਹ ਮੌਕਾ ਮਿਲਿਆ ਤਾਂ ਫਿਲਮ ਬਣਾਈਏ ਸੋ ਮੈਂ ਤੁਹਾਡਾ ਸਵਾਗਤ ਹੈ ਜੀ ਮੈਂ ਤੁਸੀਂ ਬਹੁਤ ਗੀਤਾਂ ਦੇ ਵਿੱਚ ਕੰਮ ਕਰ ਚੁੱਕੇ ਹੋ ਬਹੁਤ ਹਿਟ ਫਿਲਮਾਂ ਦੇ ਚੁੱਕੇ ਹੋ ਯਾਨੀ ਗੇਲੋ ਫਿਲਮ ਆਈ ਸੀ ਤੁਹਾਡੀ ਔਰ ਇਸ ਫਿਲਮ ਦੇ ਵਿੱਚ ਤੁਹਾਡਾ ਜੁੜਨਾ ਕਿਦੋਂ ਸਰ ਨਾਲ ਮੁਲਾਕਾਤ ਕਿਦਾਂ ਹੋਈ ਸਰ ਨੇ ਮੇਰੀ ਗੇਲੋ ਫਿਲਮ ਦੀ ਗੱਲ ਕੀਤੀ ਤੁਸੀਂ ਗੇਲੋ ਹੀ ਦੇਖੀ ਟੀਵੀ ਤੇ ਚੱਲ ਰਹੀ ਸੀ ਸਰ ਨੇ ਕਿਹਾ ਕਿ ਇਹ ਐਕਟਰਸ ਕੌਣ ਹੈ ਸੋ ਜਦੋਂ ਕੋਈ ਡਾਇਰੈਕਟਰ ਨੇ ਆਪਣੇ ਫਿਲਮ ਦੇ ਉੱਤੇ ਬਹੁਤ ਕੰਮ ਕੀਤਾ ਹੋਵੇ ਨਾ ਤੇ ਜੇ ਉਹਨੂੰ ਕੋਈ ਐਕਟਰ ਅੱਛਾ ਲੱਗੇ ਉਹਨੂੰ ਲੱਗੇ ਕਿ ਉਹ ਕੈਰੈਕਟਰ ਤੇ ਸੂਟ ਕਰ ਰਿਹਾ ਤੇ ਉਹ ਫਿਰ ਵੇਟ ਨਹੀਂ ਕਰਦੇ ਸਰ ਨੇ ਨਾਲ ਦੇ ਨਾਲ ਫੋਨ ਕਰਿਆ ਮੈਨੂੰ ਪੁੱਛਿਆ ਕਿ ਅੱਦਾਂ ਦਾ ਸੀ ਫਿਲਮ ਬਣਾ ਰਿਹਾ ਕਰਤਾਰ ਸਿੰਘ ਸਰਾਭਾ ਜੀ ਦੀ ਲਾਈਫ ਤੇ ਜੀ ਤੇ ਮੈਂ ਮੇਰੇ ਪਹਿਲਾ ਸਵਾਲ ਮਨ ਚ ਹੈ ਕਿ ਉਸ ਵਿੱਚ ਮੈਂ ਕੀ ਰੋਲ ਅਦਾ ਕਰਾਂਗੀ ਸਰ ਨੇ ਕਿਹਾ ਕਿ ਉਦੋਂ ਗਦਰ ਮੂਵਮੈਂਟ ਚੱਲੀ ਸੀ ਜਿਹਦੇ ਵਿੱਚ ਕਰਤਾਰ ਸਿੰਘ ਸਰਾਭਾ ਜੀ ਨੇ ਪੂਰਾ ਯੋਗਦਾਨ ਪਾਇਆ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਪੂਰੀ ਜਦੋਜਹਿਦ ਕੀਤੀ ਉਨਾ ਸਾਰੇ ਬੰਦਿਆਂ ਦੇ ਵਿੱਚ ਇੱਕ ਜਨਾਨੀ ਸੀ ਬੀਬੀ ਗੁਲਾਬਕੌਰ ਜਿਨ੍ਹਾਂ ਨੇ ਫ੍ਰੀडम फाइਟਰ ਨੇ ਉਹ ਜਿਨ੍ਹਾਂ ਬਾਰੇ ਸਾਨੂੰ ਬਹੁਤ ਘੱਟ ਪਤਾ ਸਾਡੇ ਉਹਨਾਂ ਨੇ ਦੇਸ਼ ਦੇ ਆਜ਼ਾਦੀ ਵਾਸਤੇ ਕੀ ਕੀਤਾ ਸਾਨੂੰ ਨਹੀਂ ਪਤਾ ਮੈਨੂੰ ਵੀ ਨਹੀਂ ਪਤਾ ਸੀ ਮੇਰੀ ਹਿਸਟਰੀ ਬਾਰੇ ਕਿ ਅੱਛਾ ਬੀਬੀ ਗੁਲਾਬਕੌਰ ਜੀ ਪੰਜਾਬ ਤੋਂ ਸੀ ਸੰਗਰੂਰ ਤੋਂ ਸੀਗੇ ਉਹ ਅਮਰੀਕਾ ਜਾ ਰਹੇ ਸੀ ਰਾਹ ਵਿੱਚ ਉਹਨਾਂ ਨੇ ਲੈਕਚਰ ਸੁਣੇ ਇੱਕ ਗਦਰੀ ਬਾਬਿਆਂ ਬਾਰੇ ਸੁਣਿਆ ਉਹਨਾਂ ਦੀ ਉਹਨਾਂ ਵੀ ਇਨਸਪਾਇਰ ਹੋਏ ਫਿਰ ਉਹ ਵਾਪਸ ਜੁੜੇ ਇਹ ਚੀਜ਼ ਮੈਨੂੰ ਨਹੀਂ ਪਤਾ ਸੀ ਫਿਰ ਮੈਂ ਗੂਗਲ ਤੇ ਸਰਚ ਕੀਤਾ ਆਨਲਾਈਨ ਪੜਿਆ ਉਹਨੇ ਬਾਰੇ ਫਿਰ ਮੈਂ ਸਰ ਨੂੰ ਪੁੱਛਿਆ ਸਰ ਅੱਛਾ ਮੈਨੂੰ ਤਾਂ ਜਮਾ ਹੀ ਨਹੀਂ ਇਹਨਾਂ ਬਾਰੇ ਪਤਾ ਸੀ ਹੈ ਨਾ ਇਹ ਕਿੰਨੀ ਸਾਡੀ ਮਾੜੀ ਕਿਸਮਤ ਹੈ ਆਮ ਵੈਰੀ ਥੈਂਕਫੁਲ ਕਿ ਸਾਰੀ ਚੀਜ਼ਾਂ ਲੈ ਕੇ ਆ ਰਹੇ ਨੇ ਲੋਕਾਂ ਨੂੰ ਸਾਡੀ ਉਹਨਾਂ ਉਹਨਾਂ ਜਿਹੜੇ ਕਹਿ ਲਓ ਕਿ ਜਿਨ੍ਹਾਂ ਬਾਰੇ ਸਾਨੂੰ ਨੌਲੇਜ ਨਹੀਂ ਹੈ ਉਹ ਹੀਰੋ ਜਿਨ੍ਹਾਂ ਨੂੰ ਅਸੀਂ ਭੁੱਲ ਚੁੱਕੇ ਹਾਂ ਉਹ ਦੁਬਾਰਾ ਲੋਕਾਂ ਨੂੰ ਦੇਖਣਗੇ ਸੋ ਮੇਰਾ ਸਬਬ ਇਦਾਂ ਬਣਿਆ ਪੇਸਲ ਨੇ ਮੈਨੂੰ ਚੂਜ਼ ਕੀਤਾ ਤੇ ਮੈਂ ਫਿਰ ਗੁਲਾਬਕੌਰ ਦਾ ਰੋਲ ਲਦਾ ਕਿ ਗੁਲਾਬਕੌਰ ਬਣ ਕੇ ਤੁਹਾਨੂੰ ਕਿਦਾਂ ਦਾ ਮਹਿਸੂਸ ਹੋ ਰਿਹਾ ਕਿਉਂਕਿ ਦੇਖਿਆ ਜਾਂਦਾ ਕਿ ਜਿੱਦਾਂ ਦਾ ਕਿਰਦਾਰ ਮਿਲਦਾ ਫਿਰ ਉਸ ਤਰੀਕੇ ਦੇ ਨਾਲ ਉਦਾਂ ਸਾਨੂੰ ਢਾਲਣਾ ਪੈਂਦਾ ਹੈ ਉਹਦੇ ਚ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਇਸ ਕਿਰਦਾਰ ਨੂੰ ਕਰਕੇ ਬਹੁਤ ਹੀ ਨਾ ਅਲੱਗ ਜੀ ਫੀਲਿੰਗ ਸੀ ਉਦੋਂ ਜਦੋਂ ਸਰ ਨੇ ਕਿਰਦਾਰ ਬਾਰੇ ਦੱਸਿਆ ਮੈਂ ਉਹਦੇ ਬਾਰੇ ਪੜਿਆ ਫਿਰ ਅਸੀਂ ਸੈੱਟ ਤੇ ਗਏ ਜਦੋਂ ਉੱਥੇ ਅਸੀਂ ਸ਼ੂਟ ਕੀਤਾ ਨਾ ਮੇਰੇ ਮੇਰੇ ਆਲੇ ਦੁਆਲੇ ਸਾਰੇ ਬੰਦੇ ਬੰਦੇ ਸੀ ਇੱਕ ਮੇਕਅਪ ਵਾਲੀ ਸੀਗੇ ਸਰ ਫੀਮੇਲ ਹੇਅਰ ਡ्रेसਰ ਹੋਈ ਸੀਗੇ ਜਿਹੜੀ ਪਰਸਨਲੀ ਮੇਰੀ ਬੈਂਚ ਹੁੰਦੇ ਸੀ ਜੋ ਸ਼ੂਟ ਕਰਨ ਦੇ ਬੰਦੇ 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 ਕੈਮਰੇ ਤੇ ਵੀ ਕਲਾਕਾਰ ਵੀ ਮੈਂ ਸੋਚਿਆ ਕਿ ਮੈਨੂੰ ਕਿੱਦਾਂ ਲੱਗ ਰਿਹਾ ਕਿ ਮੈਂ ਕੱਲੀ ਕੁੜੀ ਕੱਲੀ ਫੀਮੇਲ ਆ ਉਸ ਟਾਈਮ ਬੀਬੀ ਗੁਲਾਬਗੌਰ ਨੂੰ ਕੀ ਫੀਲ ਹੋਇਆ ਹੋਣਾ ਪਰ ਉਹਨਾਂ ਨੇ ਹਿੰਮਤ ਨਹੀਂ ਹਾਰੀ ਉਹਨਾਂ ਨੂੰ ਫਿਰ ਉਹ ਜਿਹੜੇ ਜਿਹੜੇ ਉਹਨਾਂ ਦੇ ਨਾਲ ਕੰਮ ਕਰਦੇ ਸੀ ਜਿਹੜੇ ਫਾਈਟਰ ਸੀਗੇ ਸਾਰੇ ਹੀ ਨਾਲ ਉਹਨਾਂ ਨੇ ਕਿੰਨਾ ਕੰਫਰਟੇਬਲ ਕੀਤਾ ਭੈਣ ਗੁਲਾਬਗੌਰ ਕਹੇ ਕਿ ਸਭ ਨੂੰ ਉਹਨਾਂ ਨੇ ਕਿਹਾ ਕਿ ਇਹ ਧੀ ਹੈ ਸਾਡੀ ਗੁਲਾਬਗੌਰ ਮਤਲਬ ਉਸ ਵੇ ਨਾਲ ਉਹਨੂੰ ਟ੍ਰੀਟ ਕੀਤਾ ਉਹਨੂੰ ਹਿੰਮਤ ਦਿੱਤੀ ਕਿ ਤੂੰ ਛੱਡ ਕੇ ਨਾ ਜਾਏ ਇਹ ਉਹਨਾਂ ਦੀ ਵੀ ਬੜੀ ਸਰ ਬੜੀ ਹਿੰਮਤ ਹੋਏਗੀ ਕਿ ਇੱਕ ਫੀਮੇਲ ਨੂੰ ਇੰਨਾ ਸਤਕਾਰ ਦੇਣਾ ਕਿ ਉਹ ਉਹਨਾਂ ਦੇ ਨਾਲ ਬਣੀ ਰਹੀ ਫਿਰ ਇਹ ਇਹ ਇੰਨਾ ਤਗੜਾ ਕਿਰਦਾਰ ਸੀ ਆਪਣੇ ਆਪ 'ਚ ਜਦੋਂ ਮੈਂ ਇਹਦੇ ਬਾਰੇ ਪੜਿਆ ਮੇਰੀ ਸੋਚ ਬੜੀ ਸਟਰੋਂਗ ਹੋਈ ਤਾਂ ਮੈਨੂੰ ਇੰਨਾ ਜ਼ਰੂਰ ਮੈਂ ਜਿਵੇਂ ਅੱਗੇ ਵੀ ਕਿਹਾ ਕਿ ਕੁੜੀਆਂ ਨੂੰ ਆਪਣੇ ਡਿਸੀਜਨ ਆਪ ਲੈਣੇ ਚਾਹੀਦੇ ਆ ਆਪਣੇ ਫੈਸਲੇ ਆਪ ਕਰਨੇ ਚਾਹੀਦੇ ਗੁਲਾਬਕੌਰ ਨੇ ਆਪਣਾ ਪਰਿਵਾਰ ਛੱਡਿਆ ਆਪਣਾ ਘਰ ਵਾਲਾ ਛੱਡਿਆ ਆਪਣੇ ਹਸਬੰਡ ਨੂੰ ਛੱਡ ਕੇ ਵਾਪਸ ਆ ਗਈ ਭਾਰਤ ਫਾਈਟ ਕੀਤੀ ਉਹਨੇ ਫਰੀडम फाइਟਰ ਬਣੀ ਉਹ ਉਹਦਾ ਆਪਣਾ ਫੈਸਲਾ ਸੀ ਸੋ ਆਪਣਾ ਫੈਸਲਾ ਕਰਨਾ ਚਾਹੀਦਾ ਸੋ ਮੈਂ ਇਦਾਂ ਹੀ ਸੋਚਦੀ ਸੀ ਜਦੋਂ ਮੈਂ ਇਹਨਾਂ ਬਾਰੇ ਪੜਿਆ ਫਿਰ ਮੇਰੀ ਸੋਚ ਹੋਰ ਸਟਰੋਂਗ ਹੋ ਗਈ ਤਾਂ ਮੈਨੂੰ ਇਦਾਂ ਲੱਗਦਾ ਕਿ ਜਿਹੜੀ ਫਿਲਮ ਜਿੰਨੀਆਂ ਵੀ ਕੁੜੀਆਂ ਲੇਡੀਜ਼ ਫੀਮੇਲ ਦੇਖਣਗੀਆਂ ਨਾ ਉਹਨਾਂ ਨੂੰ ਆਏ ਲੱਗੇਗਾ ਕਿ ਸਾਡੇ ਤਾਂ ਵੰਛਤ ਜਿਹਨਾਂ ਜਿਹੜੇ ਸਾਡੇ ਪੰਜਾਬ 'ਚ ਇੰਨੇ ਇੰਨੇ ਮਤਲਬ ਸਟਰੋਂਗ ਜਨਨੀਆਂ ਸੀਗੀਆਂ ਸਾਨੂੰ ਪਤਾ ਹੀ ਨਹੀਂ ਆ ਤੂੰ ਤਾਂ ਸੋਚੋ ਕਿੰਨੇ ਮੋਟੀਵੇਟ ਹੋਣਗੇ ਉਹਨਾਂ ਨੂੰ ਕਿੰਨਾ ਹੌਸਲਾ ਮਿਲੇਗਾ ਗੱਲ ਸਹੀ ਹੈ ਜੀ ਸਰ ਤੁਹਾਡੇ ਨਾਲ ਗੱਲਬਾਤ ਕਰਦੇ ਆ ਫਿਰ ਸਰ ਫਿਲਮਾਂ ਬਣਦੀਆਂ ਨੇ ਕਿ ਅਕਸਰ ਐਦਾਂ ਫਿਲਮਾਂ ਬਣਦੇ ਨੇ ਐਂਟਰਟੇਨਮੈਂਟ ਦੇ ਲਈ ਜਿਵੇਂ ਅੱਜ ਕੱਲ ਦਾ ਮਾਹੌਲ ਹੈ ਇਸ ਫਿਲਮ ਨੂੰ ਬਣਾਉਣ ਵਾਸਤੇ ਜੋ ਪਿੱਛੇ ਫਿਲਮਾਂ ਬਣਾਈਆਂ ਤੁਹਾ ਤੁਸੀਂ ਬਣਾਈਆਂ ਤੇ ਇਸ ਫਿਲਮ ਸਰਬਾ ਜੋ ਫਿਲਮ ਬਣਾਈ ਹੈ ਇਹਦੇ ਵਿੱਚ ਸੰਘਰਸ਼ ਵੀ ਬਹੁਤ ਕਾਫੀ ਪਰੇਸ਼ਾਨੀਆਂ ਵੀ ਆਈਆਂ ਹੋਣੀਆਂ ਕਿਉਂਕਿ ਇੱਕ ਤਾਂ ਗੂਗਲ ਤੇ ਸਰਚ ਮਾਰ ਕੇ ਆਪਾਂ ਦੇਖ ਲੈਂਦੇ ਆ ਕਿਤਾਬਾਂ ਚ ਪੜ੍ਹ ਲੈਂਦੇ ਆ ਯਾਨੀ ਇੱਕ ਆਪ ਮਹਿਸੂਸ ਕਰਕੇ ਉਸ ਚੀਜ਼ ਨੂੰ ਪਰਖਣਾ ਔਰ ਦੇਖਣਾ ਔਰ ਫਿਰ ਉਸ ਨੂੰ ਇੱਕ ਫਿਲਮ ਦੇ ਵਿੱਚ ਧਾਰਨਾ ਯਾਨੀ ਕਿੰਨੀਆਂ ਕਿ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਇਹ ਇੱਕ ਪ੍ਰੋਸੈਸ ਹੁੰਦਾ ਫਿਲਮ ਦਾ ਜਿਸ ਤਰ੍ਹਾਂ ਇਸ ਤਰ੍ਹਾਂ ਦੀ ਫਿਲਮ ਰਿਸਰਚ ਕਰਨਾ ਬਹੁਤ ਸਾਲਾਂ ਦਾ ਰਿਸਰਚ ਕਰਦਾ ਆ ਰਿਆਂ ਜੇ ਤੋ ਫਿਰ ਸੋਚਿਆ ਫਿਲਮ ਬਣਾਣੀ ਹੈ ਤੇ ਉਸ ਉਹਦੇ ਵੀ 3-4 ਸਾਲ ਲੱਗੇ ਪਹਿਲਾਂ ਹੋਰ ਫਿਰ ਉਹਨੂੰ ਰਿਫਾਈਨ ਕੀਤਾ ਉਸ ਰਿਸਰਚ ਵਿੱਚ ਜਿਹੜੇ ਮਰੇ ਪ੍ਰਾਣੇ ਨੋਟਸ ਲਿਖੇ ਹੋਏ ਸੀ ਉਹ ਸਾਰੇ ਲੱਭੇ ਆਪਣੇ ਬਾਕਸਿਸ ਵਿੱਚ ਰੱਖ ਪਤਾ ਨਹੀਂ ਕਿਥੇ ਕਿਤੇ ਪਏ ਸੀਗੇ ਉਹ ਬੈਠ ਕੇ ਸਕ੍ਰਿਪਟ ਲਿਖਣੀ ਸ਼ੁਰੂ ਕੀਤੀ ਉਦੋਂ ਫਿਰ ਮੁੜ ਕੇ ਥੋੜੀ ਜਿਹੀ ਹੋਰ ਰਿਸਰਚ ਕੀਤੀ ਕਿ ਇੱਕਦਮ ਕੋਈ ਮੈਂ ਗਲਤੀ ਨਾ ਕਰ ਜਾਵਾਂ ਸਹੀ ਰੱਖਾਂ ਜੋ ਕੁਛ ਆ ਫਿਰ ਫਿਲਮ ਬਣਾਉਣ ਦੇ ਵਿੱਚ ਫਾਈਨਾਂਸ ਇਕੱਠੇ ਕਰਨੇ ਇਹ ਇੱਕ ਪ੍ਰੋਸੈਸ ਦਾ ਪਰ ਇਹ ਕਿਸੇ ਸਾਹਮਣੇ ਮੁਸ਼ਕਲਾਂ ਨਹੀਂ ਹੈ ਕੋਈ ਡਿਫਿਕਲਟੀਜ਼ ਨਹੀਂ ਹੈ ਕਿਉਂਕਿ ਜਦੋਂ ਸੋਚਦਾ ਨਾ ਮੇਰੇ ਵਰਗਾ ਕਿ ਮੈਂ ਕਿਹੜੀ ਫਿਲਮ ਬਣਾ ਰਿਹਾ ਮਕਰਤਾਰ ਸਿੰਘ ਸਲਾਬੇ ਦੀ ਫਿਲਮ ਬਣਾ ਰਿਹਾ ਗਦਰ ਲਹਿਰ ਦੀ ਫਿਲਮ ਬਣਾ ਰਿਹਾ ਸੋਹ ਸਿੰਘ ਪਖਣ ਦੀ ਸਟੋਰੀ ਦੱਸ ਰਿਹਾ ਕਾਂਸ਼ੀ ਰਾਮ ਦੀ ਸਟੋਰੀ ਦੱਸ ਰਿਹਾ ਇਹਨਾਂ ਦੇ ਬਹਾਦਰਾਂ ਦੀ ਸਟੋਰੀ ਦੱਸ ਰਿਹਾ ਜਿਹੜੀਆਂ ਡਿਫਿਕਲਟੀ ਮੁਸ਼ਕਲਾਂ ਦੇ ਵਿੱਚ ਉਹ ਲੰਗੇ ਮੇਰੀਆਂ ਮੁਸ਼ਕਲਾਂ ਤੋਂ ਲੈ ਸਾਹਮਣੇ ਕੁਝ ਵੀ ਨਹੀਂ ਜਾਨੀ ਕਿ ਇਹ ਤਾਂ ਇੱਕ ਉਹ ਇੰਸਪੀਰੇਸ਼ਨ ਉਹਨੀਆਂ ਡਿਫਿਕਲਟੀਜ਼ ਉਹਨੀਆਂ ਮੁਸ਼ਕਲਾਂ ਜਿਹੜੀਆਂ ਨਾ ਉਹ ਇੱਕ ਇੰਸਪੀਰੇਸ਼ਨ ਬਣ ਜਾਂਦੀ ਮੇਰੇ ਵਰਗੇ ਵਾਸਤੇ ਤੇ ਉਦੋਂ ਤੋਂ ਫਿਰ ਦਿਨ ਰਾਤ ਦਿਨ ਰਾਤ ਲੱਗਦਾ ਸੀ ਕਿੰਨੇ ਦਿਨ ਦਿਨ ਲੱਗਦਾ ਰਹੇ ਸੀ ਕਿ ਜੋ ਇੱਥੇ ਪੰਜਾਬ ਸ਼ੂਟ ਕੀਤੇ ਕਿੰਨੇ ਕੰਨੇ ਸਾਰਾ ਸ਼ੂਟ ਰਾਤ ਰਾਤ ਕਰਨਾ ਹੰਡੇ ਰਾਤ ਨੂੰ ਮੈਂ ਮੈਂ ਤਾਂ ਮੈਨੂੰ ਸੁੱਤਾ ਨਹੀਂ ਸਾਰਾ ਮੈਂ ਰਾਤ ਜੀ ਤੱਕ ਰਹੇ ਸੀ ਪਰ ਉਹ ਕੁਝ ਮਹਿਸੂਸੀ ਨਹੀਂ ਹੋਇਆ ਉਹ ਲੱਗਾ ਕਿ ਜੋ ਕਰਨਾ ਇੱਕ ਇੱਕੋ ਰੱਬ ਦਾ ਵੀ ਥੋੜਾ ਹੱਥ ਹੋ ਜਾਂਦਾ ਉਹਦਾ ਨਾ ਇਹ ਫਿਲਮਾਂ ਦੇ ਰਾਤ ਚ ਬਹੁਤ ਸ਼ੂਟ ਹੋਈ ਹੈ ਸਵੇਰੇ 5 ਵਜੇ ਅਸੀਂ ਸੌਣ ਜਾਂਦੇ ਸੀ ਨਾ ਸ਼ਾਮ ਨੂੰ 5:00 ਵਜੇ ਬਹੁਤ ਬੜੀ ਆਵਾਜ਼ਾਂ ਆਉਂਦੀਆਂ ਮਿਊਜ਼ਿਕ ਆਵਾਜ਼ ਮੈਨੂੰ ਤਾਂ ਕਿੱਥੇ ਆਉਂਦੀ ਸੀ ਫਿਰ ਮਾਈਂਡ ਦੇ ਵਿੱਚ ਚੱਲ ਰਹੇ ਨੇ ਕੱਲ ਨੂੰ ਕਿਹੜੇ ਸੀਨ ਕਰਨ ਨੇ ਕਿਸੇ ਨਾ ਕਰਨ ਦੇ ਪਤਾ ਜਿੱਦਾਂ ਦੀ ਆਪਾਂ ਇਤਿਹਾਸ ਸ਼ਹੀਦਾਂ ਦਾ ਦਿਖਾਇਆ ਤੁਸੀਂ ਆਪਣੇ ਕਲਮ ਦੇ ਨਾਲ ਪਰ ਕਈ ਵਾਰੀ ਐਦਾਂ ਹੁੰਦਾ ਕੁਝ ਰਹਿ ਜਾਂਦੀਆਂ ਨੇ ਚੀਜ਼ਾਂ ਕਦੇ ਐਦਾਂ ਹੋਇਆ ਕਿਸੇ ਨੇ ਕਮੈਂਟਾਂ ਦੇ ਵਿੱਚ ਕਿਸੇ ਨੇ ਤੁਹਾਨੂੰ ਦੱਸਿਆ ਹੋਵੇ ਕਿਉਂਕਿ ਕੁਝ ਲੋਕੀ ਬੁਰਾ ਵੀ ਕਹਿੰਦੇ ਨੇ ਕਿਉਂਕਿ ਨਹੀਂ ਆ ਰਹੇ ਐਦਾਂ ਦਾ ਨਹੀਂ ਸੀ ਇਹ ਐਦਾਂ ਸੀ ਇਹ ਐਦਾਂ ਸੀ ਕਦੇ ਤੁਹਾਡੇ ਨਾਲ ਹੋਇਆ ਕਿਸੇ ਨੇ ਬੁਰਾ ਕਿਹਾ ਹੋਵੇ ਕਿ ਨਹੀਂ ਯਾਰ ਤੁਸੀਂ ਇਹ ਗਲਤ ਕਰਤਾ ਕੀ ਸੋਸ਼ਲ ਮੀਡੀਆ ਤੇ ਕਰਨ ਦੇ ਕਮੈਂਟ ਕੀ ਕਿ ਆ ਚੀਜ਼ ਨਹੀਂ ਗਾਣੇ ਰਿਲੀਜ਼ ਕੀਤੇ ਉਹਦੇ ਬਾਰੇ ਵੀ ਕਈ ਵੈਸੇ ਬੁਰੇ ਇਨਸਾਨ ਹੁੰਦੇ ਨੇ ਉਹਨਾਂ ਨੂੰ ਕੀ ਕਰ ਸਕਦੇ ਹੋ ਕੁਝ ਨਾ ਕੁਝ ਲਿਖਣਾ ਹੀ ਆ ਗਲਤ ਲਿਖਣਾ ਹੀ ਆ ਅਟੈਕ ਕਰਨ ਨਹੀਂ ਆ ਅਹ ਕਿ ਕਿਸੇ ਸਕਸੈਸ ਦੇ ਉੱਤੇ ਨਹੀਂ ਖੁਸ਼ ਹੁੰਦੇ। ਵੈਸੀ ਲਾਈਫ ਦੇ ਵਿੱਚ ਬੜੇ ਫਰਸਟ੍ਰੇਟ ਨੇ। ਉਹ ਗਲਤਮੰਦ ਲਿਖਦੇ ਰਹਿੰਦੇ ਨੇ। ਬੜਾ ਕੁਝ ਹੁੰਦਾ ਇਸ ਰੰ ਦਾ। ਪਰ ਕੀ ਕਰ ਸਕਦੇ ਸੀ? ਮੈਂ ਆਪਣਾ ਸੀ ਕੰਮ ਕਰ ਰਹੇ ਹਾਂ, ਆਪਣੇ ਸਹੀ ਤਰੀਕੇ ਨਾਲ ਕੰਮ ਕਰ ਰਹੇ ਹਾਂ। ਰੱਬ ਨੂੰ ਮੰਨ ਕੇ ਕੰਮ ਕਰ ਰਹੇ ਹਾਂ। ਮੈਂ ਜੋ ਜੋ ਕੁਝ ਮੈਂ ਕਰ ਰਹੇ ਹਾਂ ਤੇ ਜਿਹਨੇ ਲਿਖਣਾ ਲਿਖ ਚੁੱਕਾ ਮੈਂ ਉਹਨਾਂ ਬੰਦ ਨਹੀਂ ਕਰ ਸਕਦੇ। ਇੱਕ ਦੋ ਵਾਰੀ ਹੋਇਆ ਕਿ ਉਹ ਹਿਸਟਰੀ ਦੇ ਉੱਤੇ ਅਟੈਕ ਕਰ ਰਹੇ ਨੇ। ਉਹ ਇੱਕ ਉਸ ਚੀਜ਼ ਤੇ ਅਟੈਕ ਕਰ ਰਹੇ ਨੇ ਜਿਹੜੇ ਕਿ ਉਹਨਾਂ ਨੂੰ ਆਪੋ ਕੁਝ ਸਮਝ ਨਹੀਂ। ਅਹ ਗਰਤਾਰ ਸਿੰਘ ਸਾਹਿਬ ਦੀ ਦਾੜੀ ਦੇਖਨੇ ਕਮੈਂਟ ਕੀਤਾ ਹਟਦਾ ਨਹੀਂ ਸੀ ਮੁਰਮੁਰ ਕੇ ਕਮੈਂਟ ਕਰੀ ਜਾਂਦਾ ਸੀ ਫਿਰ ਮੈਂ ਉਹਨੂੰ ਕਿਹਾ ਮੈਂ ਮੈਂ ਵੀ ਲਿਖਿਆ ਮੈਂਨੂੰ ਬੜੀ ਬੜੀ ਯਾਦ ਨਹੀਂ ਮੈਂ ਸੋਸ਼ਲ ਮੀਡੀਆ ਆਪ ਨਹੀਂ ਮੈਨੇਜ ਕਰਦਾ ਮੇਰਾ ਮੁੰਡਾ ਕਰ ਮੈਨੇਜ ਕਰਦਾ ਤੇ ਉਹਨੇ ਮੈਨੂੰ ਦੱਸਿਆ ਕਹਿੰਦਾ ਬਾਜੀ ਹਟਦਾ ਨਹੀਂ ਹੈ ਮੈਂ ਕਿਹਾ ਮੈਨੂੰ ਕਰ ਲੈਂਦੇ ਆ ਨਾ ਤੇ ਮੈਂ ਉਹਨੂੰ ਜਵਾਬ ਦਿੱਤਾ ਮੈਂ ਕਿ ਐਦਾਂ ਕਰ ਕਿ ਇਦਾਂ ਦੀ ਜਿਹੜੀ ਦਾੜੀ ਮੈਂ ਕਿਹਾ ਇੱਕ ਤੂੰ ਦਾੜੀ ਤੇ ਇਹਨਾਂ ਆਬਸੈਸਟ ਹੋ ਗਿਆ ਇਹਦਾ ਲੱਗਦਾ ਕਿ ਤੂੰ ਬੜੀ ਹਿਸਟਰੀ ਪੜੀਆ ਤੇਨੂੰ ਦਾੜੀ ਬਾਰੇ ਬੜਾ ਨੋ ਲੈਜ ਹੈ ਮੈਂ ਕਿਹਾ ਇਦਾਂ ਕਰਦੇ ਆ ਮੈਂ ਇੰਡੀਆ ਆਉਣਾ ਇੱਥੇ ਇੱਥੇ ਅੰਮ੍ਰਿਤਸਰ ਦਾ ਸੀ ਕੋਮਡਿਆ ਉਹ ਮੈਂ ਕਿਹਾ ਮੰਡੇ ਆ ਰਿਹਾ ਮੈਂ ਅੰਮ੍ਰਿਤਸਰ ਆਵਾਂਗਾ ਲੈਟਸ ਹੈਵ ਅ ਡਿਸਕਸ਼ਨ ਔਨ ਥਿਸ ਮੈਂ ਕਿਹਾ ਪੂਰਾ ਫੋਰਮ ਕਰਦੇ ਆ ਤੂੰ ਵੀ ਚਾਰ ਪੰਜ ਕੁ ਬੰਦੇ ਇਕੱਠੇ ਕਰ ਲਈ ਸਾਡੇ ਪ੍ਰੋਫੈਸਰ ਮੈਂ ਵੀ ਬਿਠਾਂਗਾ ਉੱਥੇ ਟੇਬਲ ਤੇ ਮੈਸਲਾ ਜਵਾਬ ਉਹ ਪਤਾ ਨਹੀਂ ਕਿੱਥੇ ਗਿਆ ਗੁੰਮੇ ਹੀ ਹੋ ਗਿਆ ਸਭਾ ਦਾ ਕਿਉਂਕਿ ਹਾਫ ਨੋਲੇਜ ਨਾਲ ਗੱਲਾਂ ਕਰ ਰਹੇ ਨੇ ਇਹ ਹੁੰਦਾ ਇਸ ਤਰ੍ਹਾਂ ਦਾ ਅਸਰ ਦੀ ਫਿਲਮ ਵੀ ਹੋ ਰਹੀ ਹੈ ਸਰ ਨਾਲ YouTube ਦੇ ਅੰਦਰ ਵਿੱਚ ਕੋਈ ਕਮੈਂਟਸ ਕਰ ਦਿੰਦੇ ਨੇ ਪਿੱਛੇ ਜੇ ਉਹ ਗਾਣੇ ਤੋਂ ਹਿੰਦਵਾਸੀ ਹੋ ਰੱਖਣਾ ਹੈ ਉਸ ਤੇ ਵੀ ਇੱਕ ਦੋ ਆਏ ਨੇ objections ਪਰ ਇਹ ਕਿ ਅੱਛੇ ਜ਼ਿਆਦਾ ਆ ਰਹੇ ਨੇ ਸਪੋਰਟ ਬਹੁਤ ਆ ਰਹੀ ਹੈ ਸਿਰਫ ਲੋਕੀ ਤੇ ਇਹੀ ਬਹੁਤ ਖੁਸ਼ ਹੋ ਰਹੇ ਨੇ ਕਿ ਤੁਸੀਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਤੇ ਫਿਲਮ ਬਣਾਈ ਧੰਨਵਾਦ ਅਸੀਂ ਕਿਸੇ ਨੂੰ ਦਿਖਾਣ ਯੋਗੇ ਹੋਵਾਂਗੇ ਸਹੀ ਗੱਲ ਹੈ ਜੀ ਕਵੀ ਰਾਜ ਸਰ ਮੈਂ ਜਿੰਨਾ ਤੁਹਾਡੇ ਬਾਰੇ ਦੇਖਿਆ ਸਮਝਿਆ ਕਿ ਕਵੀ ਰਾਜ ਉਹ ਸ਼ਖਸ ਨੇ ਜਿਹੜੇ ਹਰ ਕਿਸੇ ਨੂੰ ਜੇ ਫਿਲਮ ਚ ਵੀ ਲੈਂਦੇ ਨੇ ਬੜੀ ਸੋਚ ਸਮਝ ਕੇ ਲੈਂਦੇ ਆ ਕੁਝ ਵੀ ਕਰਦੇ ਨੇ ਬਹੁਤ ਸੋਚ ਸਮਝ ਕੇ ਕਰਦੇ ਨੇ ਸਤਿੰਦਰ ਸਰਤਾਜ ਜੀ ਨੂੰ ਤੁਸੀਂ ਆਪਣੇ ਪਿੱਛੇ ਫਿਲਮ ਚ ਲੀਤਾ ਚਾਂਸੀ ਤੁਸੀਂ ਉਹਨਾਂ ਨੂੰ ਪਹਿਲਾਂ ਦਿੱਤਾ ਸੀ ਔਰ ਇਸ ਫਿਲਮ ਦੇ ਵਿੱਚ ਜਿੰਨੇ ਵੀ ਕਿਰਦਾਰ ਨੇ ਜਿੰਨੇ ਆਰਟਿਸਟ ਨੇ ਉਹ ਕਿਸ ਤਰ੍ਹਾਂ ਯਾਨੀ ਤੁਸੀਂ ਸੋਚ ਕੇ ਸਮਝ ਕੇ ਲਿੱਤੇ ਇਹ ਇਹੋ ਸੋਚ ਕੇ ਕਿ ਉਹ ਐਕਟਰ ਨਾ ਲੱਗਣ ਜਸਵੀਰ ਜਸੀ ਜਸਵੀਰ ਜਸੀ ਨਾ ਲਗੇ ਉਹ ਕਾਂਸ਼ੀ ਰਾਮ ਲਗੇ ਅਮ ਨਵੇਂ ਗਲਬਕੌਰ ਲੱਗਾ ਜਸਵਿੰਦਰ ਨਾ ਲੱਗਾ ਗਲਬਕੌਰ ਸਰਤਾਰ ਸਿੰਘ ਸਰਾਬਾ ਲਗੇ ਉਹ ਇਹ ਚੀਜ਼ਾਂ ਸੋਚ ਕੇ ਉਹ ਉਹ ਜਿਸ ਤਰ੍ਹਾਂ ਤੁਸੀਂ ਸੋਚਦੇ ਆਂ ਫਿਰ ਤੁਹਾਨੂੰ ਇਹ ਨਹੀਂ ਹੁੰਦਾ ਕਿ ਮੈਂ ਕਿਸ ਐਕਟਰ ਨੂੰ ਲਵਾਵਾਂ ਫਿਰ ਤੁਸੀਂ ਐਕਟਰ ਉਸ ਤਰ੍ਹਾਂ ਦਾ ਲੱਭਦੇ ਆਂ ਜਿਹੜਾ ਕੋ ਕਰਦਾਰ ਨੂੰ ਪੂਰਾ ਨਿਵਾਸਾ ਕੇ ਤੇ ਪੂਰੀ ਜਸਟੀਫਾਈ ਕਰ ਸਕੇ ਕਰਤਾਰ ਸਿੰਘ ਸਰابہ ਜੋ ਮੁੰਡਾ ਹੈ ਭਾਗ ਮਿਲਖਾ ਭਾਗ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਡੈਬੀ ਫਿਲਮ ਤੁਸੀਂ ਉਹਨਾਂ ਨੂੰ ਇਸ ਕਰਕੇ ਲੀਤਾ ਕਿ ਉਹਨਾਂ ਦਾ ਪਹਿਲਾ ਫੇਸ ਹੈ ਜਾਂ ਫਿਰ ਉਹਦੇ ਚਿਹਰੇ ਨੂੰ ਦੇਖ ਕੇ ਕਿ ਵਧੀਆ ਐਕਟ ਕਰਦੇ ਨੇ ਇਸ ਤਰ੍ਹਾਂ ਕੋਈ ਨਾ ਕਾਸਟਿੰਗ ਪ੍ਰੋਸੈਸ ਸ਼ੁਰੂ ਇਸ ਤਰ੍ਹਾਂ ਕੀਤਾ ਸੀ ਉਹਦੇ ਚਿਹਰੇ ਨੂੰ ਦੇਖ ਕੇ ਕੋਈ ਉਮਰ ਦੇਖ ਕੇ ਉਹਨਾਂ ਦੀ ਉਮਰ ਸੀ ਜੀ ਨਿਰਕਰਤਾਰ ਸਿੰਘ ਸਰਾਬਦੀ ਸੀਗੀ ਜਿਹੜਾ ਕਿ 16 ਸਾਲ ਤੋਂ 19 ਸਾਲ ਦੇ ਵਿੱਚ ਪਲੇ ਕਰ ਸਕੇ ਉਸ ਰੋਲ ਨੂੰ ਪਰ ਉਸ ਤੋਂ ਇਹ ਨਹੀਂ ਦੇਖਿਆ ਕਿ ਉਸ ਬਲਾਉ ਨੇ ਬਿਨ ਪਤਾ ਸੀ ਉਹਨੇ ਫਿਲਮ ਕੀਤੀ ਆ ਬਾਗ ਮਲ ਦਾ ਬਾਗ ਜਿ ਸ਼ੋੜਾ ਮਿਲਕਾ ਮਿੱਟੀ ਦਾ ਫਰੋਜ ਜੋਗੀ ਇੱਕ ਫਿਲਮ ਕੀਤੀ ਸੀ ਉਹਨੇ ਜਪਤੇਜ ਨੇ ਉਸ ਤੋਂ ਬੜਾ ਉਹਦਾ ਪੂਰਾ ਟੈਸਟ ਵੀ ਕੀਤੇ ਗਏ ਨੇ ਆਡੀਸ਼ਨ ਕੀਤੀ ਗਈ ਉਹਨਾਂ ਬੈਠ ਕੇ ਡਿਸਕਸ ਕੀਤਾ ਗਿਆ ਰੋਲ ਉਹਦੀ ਕਾਸਟੂਮਸ ਡਿਜ਼ਾਈਨ ਦੇ ਨਾਲ ਬੜਾ ਲੋਕ ਟੈਸ ਕਿਤੇ ਗਏ ਦਾੜੀ ਪਗੜੀ ਸਭ ਕੁਝ ਕੀਤਾ ਗਿਆ ਆਸਿਆਸ ਨੂੰ ਮੋਲਡ ਕੀਤਾ ਗਿਆ ਉਹਨੇ ਵੀ ਬੜੀ ਮਿਹਨਤ ਕੀਤੀ ਉਸ ਨੂੰ ਕਿਤਾਬਾਂ ਦਿੱਤੀਆਂ ਮੈਂ ਪੜ੍ਹਨ ਨੂੰ ਕਰਤਾਰ ਸਿੰਘ ਸਰਾਬਾ ਵਾਰੇ ਕਹਾਣੀਆਂ ਦੇ ਵਾਰੇ ਵੀ ਉਹਨੂੰ ਵੀ ਥੋੜਾ ਨੋਲੇਜ ਹੋਵੇ ਕਿ ਕਿਹੜੀ ਕਿਸ ਕਿਹੜੀ ਫਿਲਮ ਬਣਾ ਰਹੇ ਕਿਸ ਤਰ੍ਹਾਂ ਦੀ ਫਿਲਮ ਬਣਾ ਰਹੇ ਐਗਜ਼ਾਮਪਲ ਦਿੱਤੇ ਕਰੇ ਉਸ ਤਰ੍ਹਾਂ ਦੇ ਕੈਰੈਕਟਰਸ ਨੂੰ ਇਸ ਤਰ੍ਹਾਂ ਦੀ ਮੈਂ ਕਿਤੀ ਸਰਾਬਾ ਦੇ ਦਿੱਤੇ ਰਵੀ ਸਰ ਅੱਜਕਲ ਫਿਲਮਾਂ ਚਲਾਉਣ ਵਾਸਤੇ ਦੇਖਿਆ ਜਾਂਦਾ ਜਾਂ ਤਾਂ ਬਹੁਤ ਜ਼ਿਆਦਾ ਪ੍ਰਮੋਸ਼ਨਾਂ ਹੁੰਦੀਆਂ ਜਾਂ ਤਾਂ ਕਹਿੰਦੇ ਨੇ ਕਾਉਂਟਰਵਰਸੀ ਸ਼ੁਰੂ ਕਰ ਦੋ ਆਪ ਇਹ ਫਿਲਮ ਹਿੱਟ ਹੋ ਜਾਂਦੀ ਹੈ ਤੁਹਾਡਾ ਕੀ ਕਹਿਣਾ ਉਸ ਤੇ ਨਹੀਂ ਕਾਉਂਟਰਵਰਸੀ ਦਾ ਮੈਂ ਇਹਨਾਂ ਚੀਜ਼ਾਂ ਬਲੀਵ ਕਰਦਾ ਕਿ ਕਾਉਂਟਰਵਰਸੀ ਜੇ ਸ਼ੁਰੂ ਕਰਦੀ ਹੈ ਕੋਈ ਪੁੱਠਾ ਸਿੱਧੀ ਜੀ ਗੱਲ ਬੋਲ ਕੇ ਸੱਚ ਬੋਲੋ ਮੈਂ ਤਾਂ ਇਸ ਚੀਜ਼ੇ ਬਲੀਵ ਕਰਦਾ ਉਹੀ ਬੋਤ ਹੈ ਅਗਰ ਲੋਕਾਂ ਦੇ ਨਾਲ ਆਡੀਅੰਸ ਨਾਲ ਤੁਹਾਡਾ ਸੱਚ ਤੜੀ ਉਹ ਇਮੋਸ਼ਨਸ ਕਨੈਕਟ ਕਰਦੀ ਨੇ ਉਹ ਫਿਲਮ ਕਨੈਕਟ ਕਰਦੀ ਉਸ ਤੋਂ ਬੜਾ ਹੁਲਕਾ ਹੁਲਕੀ ਹੋ ਸਕਦਾ ਮੈਂ ਤਾਂ ਅਸੀਂ ਤਾਂ ਬੜਾ ਸਟ੍ਰੇਟ ਫਾਰਵਰਡ ਜਿਹੇ ਤਰੀਕੇ ਨਾਲ ਕਰ ਰਹੇ ਹਾਂ ਪ੍ਰੋਮੋਸ਼ਨ ਕੋਈ ਬੜਾ ਲੰਮਾ ਜੜਾ ਕੋ ਫੰਡਾ ਨਹੀਂ ਕਰ ਰਹੇ ਇਸ ਤਰ੍ਹਾਂ ਅਗੇ ਸ਼ਾਲਾ ਨਹੀਂ ਮਾਰ ਰਹੇ ਕਾਲਜ ਦੇ ਤੇ ਜਾ ਕੇ ਮੈਂ ਅਸੀਂ ਸਟੇਜਾਂ ਦੇ ਡਾਂਸ ਸੀ ਮੈਨੂੰ ਕਿਸੇ ਨੇ ਕਿਹਾ ਯੂਨੀਵਰਸਿਟੀ ਤੇ ਜਾ ਕਾਲਜ ਤੇ ਜਾ ਕੇ ਇਸ ਫੇਰ ਨੂੰ ਲੈ ਕੇ ਜਾਓ ਜਿਸ ਨਾਲ ਆਮ ਜਾਂਦੇ ਨੇ ਮੈਂ ਤਾਂ ਕਿਹਾ ਮੈਂ ਉੱਥੇ ਮੈਂ ਕਰਨ ਮੈਂ ਤਾਂ ਨੱਚਣਾ ਨਹੀਂ ਆਉਂਦਾ ਮੈਨੂੰ ਗਾਣਾ ਨਹੀਂ ਆਉਂਦਾ ਮੈਂ ਕੀ ਕਰਾਂਗਾ ਉੱਥੇ ਨਾਲ ਇਸ ਉਮਰ 'ਚ ਨੱਚਣਾ ਮੈਨੂੰ ਚੰਗਾ ਲੱਗਦਾ ਤੇ ਮੈਂ ਤਾਂ ਆਪਣੇ ਮੈਚੂਰ ਜਿਹੇ ਤਰੀਕੇ ਨਾਲ ਜਿਸ ਤਰ੍ਹਾਂ ਮੇਰੀ ਲਾਈਫ ਹੈ ਉਸ ਤਰੀਕੇ ਨਾਲ ਨੂੰ ਪ੍ਰੋਮ ਦੇਖੋ ਜਿੱਥੇ ਆਪਣੇ ਨਾਲ ਦੇ ਕਾਸ ਮੈਂਬਰ ਵੀ ਸਾਥ ਦੇ ਰਹੇ ਨੇ ਬਲਕਿ ਤਰਹੁਣੀ ਜਿਹਾ ਇਸ ਇੱਕ ਦਿਨ ਜਿਵੇਂ ਜੱਸੀ ਆਪਣੇ ਹਿਸਾਬ ਨਾਲ ਕਰਿਆ ਜਿ ਤੇਜ ਕੈਨੇਡਾ ਵਿੱਚ ਅੱਜ ਕੱਲ੍ਹ ਗਿਆ ਹੋਇਆ ਉੱਥੋਂ ਕਰਿਆ ਪ੍ਰਮੋਟ ਤੇ ਅਸੀਂ ਇੱਥੋਂ ਕਰ ਰਹੇ ਆ ਆਪਣੇ ਤੇ ਇੱਕ ਨਾ ਕਰ ਰਹੇ ਜਾਨੀ ਕਿ ਜਿਸ ਜਿਸ ਜਿਹੜਾ ਕਿ ਸਾਨੂੰ ਥੋੜਾ ਫਪ ਦਾ ਸਾਜ ਦਾ ਕਿ ਅਸੀਂ ਔਕੜ ਜਿਹੀ ਨਾ ਲੱਗੀ ਬਾਲੇ ਮੈਂ ਤੁਹਾਡੇ ਤੋਂ ਇੱਕ ਹੋਰ ਸਵਾਲ ਲਵਾਂਗੇ ਜਿੱਦਾਂ ਗੱਲ ਕਰ ਲਈ ਗੇਲੋ ਫਿਲਮ ਤੁਹਾਡੀ ਬੜੀ ਸੁਪਰ ਹਿੱਟ ਰਹੀ ਹੈ ਉਦੇ ਤੋਂ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਮੋੜ ਵੀ ਆਇਆ ਤੁਸੀਂ ਜਾਣਦੇ ਹੋ ਉਹਦੇ ਬਾਰੇ ਕੁਝ ਕਹਿਣਾ ਚਾਹੋਗੇ ਹੁਣ ਵਿਆਹ ਵਾਲਾ ਮੋੜ ਬੋਲਦੇ ਕੁਝ ਵੀ ਕੋਈ ਗੱਲ ਨਹੀਂ ਉਹਦੇ ਬਾਰੇ ਮੈਂ ਕੀ ਕਹਣਾ ਵਧੀਆ ਚੱਲ ਰਿਹਾ ਸੁਖੀ ਸੰਧੀ ਅੱਛਾ ਚੱਲ ਰਿਹਾ ਤੇ ਹੁਣ ਮਦਰ ਦਾ ਰੋਲ ਆ ਗਿਆ ਲਾਈਫ 'ਚ ਬੱਚਾ ਹੈ ਛੋਟਾ ਜਿਹਾ ਬੜਾ ਪਿਆਰੀ ਜਿਹੀ ਬੇਟੀ ਹੈ ਹੁਣ ਫਰਜ਼ ਬਣਦਾ ਕਿ ਉਹਨੂੰ ਆਪਣੀ ਹਿਸਟਰੀ ਬਾਰੇ ਦੱਸਾਂਗੇ ਜਿਹੜਾ ਅਸੀਂ ਗੱਲ ਕਰਦੇ ਸੀ ਕਿ ਆਪਣੇ ਬੱਚਿਆਂ ਨੂੰ ਹਿਸਟਰੀ ਬਾਰੇ ਬਾਰੇ ਦੱਸਣਾ ਬੜਾ ਜ਼ਰੂਰੀ ਹੈ ਸੋ ਜਿਵੇਂ ਇਸ ਫਿਲਮ ਨੂੰ ਦੇਖ ਕੇ ਬੱਚਿਆਂ ਨੂੰ ਜਾਣਨਾ ਚਾਹੀਦਾ ਬੱਚੇ ਦੇਖਣ ਬੱਚੇ ਸਿੱਖਣ ਆਪਣੀ ਹਿਸਟਰੀ ਨੂੰ ਭੁੱਲਨ ਨਾ ਕਿਉਂਕਿ ਮੇਰੇ ਵੀ ਭਤੀਜੇ ਭਤੀਜੀਆਂ ਛੋਟੇ ਛੋਟੇ ਹੈਗੇ ਆ ਜਿਹੜੇ ਜਿਨ੍ਹਾਂ ਨੂੰ ਮੇਰੀ ਫਿਲਮ ਆ ਰਹੀ ਹੈ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਰਬਾ ਕੌਣ ਸੀ ਮੈਨੂੰ ਸਵਾਲ ਕਰਦੇ ਨੇ ਚਾਚੀ ਜੀ ਭੂਈ ਜੀ ਸਰਬਾ ਕੌਣ ਸੀ ਸੋ ਮੈਨੂੰ ਬੜਾ ਉਦੋਂ ਹੁੰਦਾ ਕਿ ਮੈਂ ਕਹਾਂ ਸਾਡੇ ਬੱਚਿਆਂ ਨੂੰ ਨਹੀਂ ਪਤਾ ਸੱਤਵੀਂ ਅੱਠਵੀਂ ਦਾ ਬੱਚਾ ਛੋਟਾ ਨਹੀਂ ਹੁੰਦਾ ਉਹਨੂੰ ਪਤਾ ਜੇ ਉਹਨੂੰ ਬਾਕੀ ਫਿਲਮਾਂ ਦਾ ਪਤਾ ਹੀ ਵੀ ਸੋ ਇਹ ਫਿਲਮ ਦਾ ਮਤਲਬ ਮੇਰੇ ਕਹਿੰਦਾ ਹੈ ਕਿ ਇਹ ਸिए ਫਿਲਮਾਂ ਨੂੰ ਦੇਖੋ ਤੁਹਾਡੇ ਬੱਚਿਆਂ ਨੂੰ ਹਿਸਟਰੀ ਦਾ ਪਤਾ ਲੱਗੂਗਾ। ਸੋ ਮੇਰੀ ਲਾਈਫ ਵਧੀਆ ਚੱਲ ਰਹੀ ਹੈ ਹੁਣ ਤੁਹਾਡੇ ਸਾਹਮਣੇ 3 ਨਵੰਬਰ ਨੂੰ ਤੁਸੀਂ ਵੀ ਸਾਡੀ ਫਿਲਮ ਦੇਖੋ। ਜਰੂਰ ਜੀ ਜਰੂਰ। ਸਰ ਲਾਸਟ ਸਵਾਲ ਲੇਵਾਂਗੇ ਸਮਾਂ ਜ਼ਿਆਦਾ ਹੋ ਗਿਆ ਔਰ ਸਰ ਸਾਡੇ ਸਰ ਤੇ ਬੈਠੇ ਨੇ। ਸਰ ਜੇ ਗਾਲਾਂ ਅਸਤਿੰਦਰ ਸਰਤਾਜ ਜੀ ਦੀ ਕਰੀਏ ਕਿਉਂਕਿ ਇੱਕ ਟੀਮ ਬਣ ਜਾਂਦੀ ਹੈ ਜਿਸ ਟਾਈਮ ਕੋਈ ਪ੍ਰੋਜੈਕਟ ਹਿੱਟ ਹੁੰਦਾ ਹੈ ਕਹਿੰਦੇ ਨੇ ਇੱਕ ਟੀਮ ਹੋ ਜਾਂਦੀ ਹੈ ਇੱਕ ਪਰਿਵਾਰਕ ਮਾਹੌਲ ਬਣ ਜਾਂਦਾ ਹੈ। ਕਦੇ ਐਦਾਂ ਹੋਇਆ ਕਿ ਤੁਸੀਂ ਅਸਤਿੰਦਰ ਸਰ ਨੂੰ ਕਿਹਾ ਹੋਵੇ ਕਿ ਆਪਾਂ ਫਿਲਮ ਕਰੀਏ ਜਾਂ ਉਹਨਾਂ ਦਿਨ ਨਾਲ ਗ ਸਰਦਾਰ ਦੇ ਨਾਮ ਨਹੀਂ ਇਸ ਫਿਲਮ ਜਿਦਾ ਵੈਸੇ ਉਹ ਫਿੱਟ ਨਹੀਂ ਹੁੰਦਾ ਜੀ ਕਿਤੇ ਤੇ ਆਪਣੇ ਬਲੈਕ ਪ੍ਰੈਸ ਬ੍ਰਾਂਡ ਤੋਂ ਬਾਅਦ ਆ ਕੋਈ ਇਸ ਮੈਂ ਇਦਾਂ ਬੈਠ ਕੇ ਅਸੀਂ ਡਿਸਕਸ ਨਹੀਂ ਕੀਤਾ ਸਰਦਾਰ ਆ ਫਿਲਮ ਕਰੀਏ ਜਾਂ ਇਹ ਕਰੀਏ ਉਹ ਆਪਣੇ ਰਸਤੇ ਥੋੜਾ ਚੱਲ ਰਹੇ ਨੇ ਅੱਜ ਕੱਲ ਜਿਸ ਤਰ੍ਹਾਂ ਇਹ ਫਿਲਮਾਂ ਬਣਾ ਰਹੇ ਨੇ ਉਹਦੀ ਹਿੱਟ ਫਿਲਮ ਹੋਈ ਹੈ ਤੇ ਅੱਗੇ ਵੀ ਕੋਸ਼ਿਸ਼ ਇਸ ਤਰ੍ਹਾਂ ਅੱਜ ਕੱਲ ਸ਼ੂਟ ਕਰ ਰਹੇ ਨੇ ਕੋਈ ਫਿਲਮ ਮੈਂ ਮੈਂ ਆਪ ਜਿਸ ਤਰ੍ਹਾਂ ਇਹ ਮੈਨੂੰ ਅਚੀਆਂ ਲੱਗਦੇ ਮੈਂ ਉਹ ਫਿਲਮ ਬਣਾ ਰਿਹਾ ਕਿਤੇ ਹੋਏਗਾ ਫਿਊਚਰ ਦੇ ਵਿੱਚ ਉਹਦੀ ਵੀ ਮਨਚਾ ਆਏਗਾ ਕਿ ਚਲੋ ਇਸ ਸਰ ਦੀ ਫਿਲਮ ਬਣਾਉਣੀ ਹੈ ਫਿਰ ਤੇ ਇੱਕ ਕਨੈਕਸ਼ਨ ਹੁੰਦਾ ਇੱਕ ਇਹ ਇਹ ਜ਼ਰੂਰੀ ਨਹੀਂ ਕਿ ਹਰੇਕ ਟੀਮ ਹਰ ਟੀਮ ਚੱਲਦੀ ਰਹਿੰਦੀ ਹੈ ਤੇ ਨਵੀਆਂ ਟੀਮਾਂ ਬਣ ਜਾਂਦੀਆਂ ਨੇ ਕਿ ਸਾਤਰੰਗ ਟੀਮ ਵੱਲੋਂ ਤੁਹਾਨੂੰ ਇਸ ਫਿਲਮ ਦੀਆਂ ਬਹੁਤ-ਬਹੁਤ ਮੁਬਾਰਕਾਂ ਉਮੀਦ ਹੈ ਕਿ ਇਹ ਫਿਲਮ ਸੁਪਰ ਡੂਪਰ ਹਿੱਟ ਰਹੇਗੀ ਕਿਉਂਕਿ ਇਸ ਫਿਲਮ ਦੇ ਵਿੱਚ ਇਤਿਹਾਸ ਦਿਖਾਇਆ ਉਹ ਸ਼ਹੀਦਾਂ ਬਾਰੇ ਤੁਸੀਂ ਇਹ ਫਿਲਮ ਜ਼ਰੂਰ ਦੇਖਣ ਜਾਣਾ ਕਿਉਂਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਦਾਂ ਦੀ ਫਿਲਮਾਂ ਦੇਖਣੀਆਂ ਚਾਹੀਦੀਆਂ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਮਾਹੌਲ ਚੱਲ ਰਿਹਾ ਇਤਿਹਾਸ ਨੂੰ ਜ਼ਰੂਰ ਦੇਖਣਾ ਚਾਹੀਦੇ ਨਹੀਂ ਤਾਂ ਹਾਸੇ ਹੀ ਠੇਡੇ ਲੜਾਈ ਝਗੜੇ ਨਾਲੀਆਂ ਦਾ ਫਿਲਮਾਂ ਤੁਸੀਂ ਅਕਸਰ ਦੇਖਦੇ ਹੀ ਰਹਿੰਦੇ ਹੋ ਸਰ ਜਾਂਦੇ ਜਾਂਦੇ ਕੀ ਮੈਸੇਜ ਦੇਣਾ ਚਾਹੋਗੇ ਫਿਲਮ ਬਾਰੇ ਦੇਖੋ ਸੱਤ ਰੰਗ ਨਾਲ ਗੱਲ ਕਰ ਰਹੇ ਹਾਂ ਇਹ ਹੀ ਕਹਿ ਰਹੇ ਸਨ ਕਿ ਸਾਡੀ ਫਿਲਮ ਵੀ ਰੰਗਾਂ ਦੇ ਵਿੱਚ ਜਿਵੇਂ ਸੱਤ ਰੰਗ ਦੇ ਦੇਖਣਗੇ ਸੱਤ ਰੰਗ ਹੋਰ ਵੀ ਰੰਗ ਲੱਗ ਜੇ ਉਹ ਹਿੱਟ ਹੋ ਜਾਏ ਫਿਲਮ ਸਾਡੀ ਤੇ ਜਾਓ ਦੇਖਿਓ ਦੇਖੋ ਫਿਲਮ ਨੂੰ سینਮਿਆਂ ਦੇ ਵਿੱਚ ਆ ਤੁਸੀਂ ਪਹਿਲਾਂ ਗੱਲਾਂ ਕੀਤੀਆਂ ਰొਮਾਂਸ ਨੇ ਐਂਡ ਡਰਾਮਾ ਇਹ ਉਹ ਵਾਸਾ ਦੀ ਹਮੇਸ਼ਾ ਸਭ ਕੁਝ ਆ ਸਭ ਕੁਝ ਮਿਲੂਗਾ ਗਾਣੇ ਬੜੇ ਪਿਆਰੇ ਨੇ ਡਰਾਮਾ ਬੜਾ ਆ ਇੱਕ ਹੱਦ ਤੱਕ ਰొਮਾਂਸ ਵੀ ਆ ਬਬ ਵੀ ਆ ਦੇ ਵਿੱਚ ਇਹ ਇਹੋ ਟਲੋ ਤੇ ਤੇਨ ਮੈਂ ਬੰਨੂ ਜਾਓ ਸਿਨੇਮਾ 'ਚ ਦੇਖੋ ਫਿਰ ਦੇਖ ਕੇ ਆਓ ਤੇ ਬੱਚਿਆਂ ਨੂੰ ਨਾਲ ਲੈ ਕੇ ਜਾਓ ਸੋ ਅਸੀਂ ਗੱਲਬਾਤ ਕਰਾਈ ਜੀ ਤੁਹਾਡੀ ਟੀਮ ਦੇ ਨਾਲ ਸਰਾਬਾ ਜੋ ਫਿਲਮ ਆ ਰਹੀ ਹੈ 3 ਨਵੰਬਰ ਨੂੰ ਸੋ ਜਰੂਰ ਦੇਖਣ ਜਾਣਾ ਕਿਉਂਕਿ ਇਸ ਫਿਲਮ ਦੇ ਵਿੱਚ ਇਤਿਹਾਸ ਦਿਖਾਇਆ ਗਿਆ ਹੈ ਉਸ ਕਰਤਾਰ ਸਿੰਘ ਸਰਾਬਾ ਦਾ ਜਿਨ੍ਹਾਂ ਨੇ ਦੇਸ਼ ਦੇ ਉਹ ਨੌਜਵਾਨਾਂ ਦੇ ਵਿੱਚ ਦੇਸ਼ ਭਗਤੀ ਦੀ ਜੋਤ ਜਗਾਈ ਤੇ ਕਿਸ ਤਰ੍ਹਾਂ ਦੀ ਉਹਨਾਂ ਦੀ ਲਾਈਫ ਸੀ ਤੇ ਕਿਸ ਤਰੀਕੇ ਦੇ ਨਾਲ ਬੜੀ ਘੱਟ ਉਮਰ ਦੇ ਵਿੱਚ ਉਹਨਾਂ ਨੇ ਸ਼ਹੀਦੀਆਂ ਪਾ ਲਈਆਂ ਸੋ ਹੁਣ ਮੈਨੂੰ ਦੀ ਇਜਾਜ਼ਤ ਕੈਮਰਾਮੈਨ ਮਹੇਸ਼ ਦੇ ਨਾਲ ਸੋ ਨੂੰ ਜਾਂਚਲਾ ਦੀ ਰਿਪੋਰਟ ਚੰਡੀਗੜ੍ਹ